ਕੀ ਲੀਡਰਾਂ ਦੇ ਫੋਨ ਹੈ ਕਰ ਰਹੀ ਸਰਕਾਰ ਰਾਗਵ ਚੱਡਾ ਸਮੇਤ ਕਈ ਵੱਡੇ ਲੀਡਰਾਂ ਨੂੰ ਆਈ ਅਲਰਟ ਐਪਲ ਕਹਿੰਦਾ ਅਟੈਕਰ ਸਟੇਟ ਸਪான்ਸਰ ਨੇ ਬਾਸ਼ਪਾ ਬੋਲੀ 150 ਦੇਸ਼ਾਂ ਵਿੱਚ ਜਾਂਦੇ ਨੇ ਇਦਾਂ ਦੇ ਅਲਰਟ ਫੋਨ ਟਰੇਸਿੰਗ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਫੋਨ ਹੈਕਿੰਗ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੇ ਫੋਨਾਂ ਦੇ ਉੱਤੇ ਮੈਸੇਜ ਆਏ ਨੇ ਜਿਸ ਦੇ ਵਿੱਚ ਲਿਖਿਆ ਹੈ ਕਿ ਸਟੇਟ ਸਪੌਂਸਰਡ ਅਟੈਕਰ ਤੁਹਾਡੇ ਫੋਨ ਦੇ ਉੱਤੇ ਅਟੈਕ ਕਰ ਰਹੇ ਨੇ ਤੁਹਾਡੇ ਫੋਨ ਨੂੰ ਹੈਕਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਅਲਰਟ ਰਾਗਵ ਚੱਡਾ ਨੂੰ ਵੀ ਆਏ ਨੇ ਤੁਹਾਨੂੰ ਦੱਸ ਦਈਏ ਕਿ ਰਾਗਵ ਚੱਡਾ ਤੋਂ ਇਲਾਵਾ ਮੋਹਿਨਾ ਮਿਤਰਾ ਕਾਂਗਰਸ ਦੇ ਕਈ ਨੇਤਾਵਾਂ ਨੂੰ ਇਸ ਤਰ੍ਹਾਂ ਦੇ ਅਜੋ ਅਲਰਟ ਆ ਚੁੱਕੇ ਨੇ ਤਾਂ ਕਿਉਂ ਇਹ ਅਲਰਟ ਆਏ ਨੇ ਤੇ ਪਾਜਪਾ ਦਾ ਇਸ ਪੂਰੇ ਮੁੱਦੇ ਤੇ ਕੀ ਕਹਿਣਾ ਹੈ ਜਾਣਦੇ ਆ ਅੱਜ ਦੀ ਰਿਪੋਰਟ ਦੇ ਵਿੱਚ ਫੋਨ ਟ੍ਰੇਸਿੰਗ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਵਿਰੋਧੀ ਨੇਤਾ ਫੋਨ ਹੈਕਿੰਗ ਦੇ ਇਲਜ਼ਾਮ ਲਗਾ ਰਹੇ ਨੇ ਦੱਸਦੇ ਇਹ ਕਿ ਰਾਗਵ ਚੱਡਾ ਸ਼ਸ਼ੀਥ ਰੂਰ ਮੋਹਿਮ ਮਿਤਰਾ ਸਮੇਤ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੇ ਆਈਫੋਨਾਂ ਦੇ ਉੱਤੇ ਅਲਰਟ ਆਏ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਹੈ ਕਿ ਸਟੇਟ ਸਪੌਂਸਰਡ ਅਟੈਕਰਸ ਉਹਨਾਂ ਦਾ ਫੋਨ ਹੈਕਰਾਂ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਨੇ ਇਹਨਾਂ ਅਲਰਟ ਦੇ ਪਿੱਛੇ ਕੇਂਦਰ ਸਰਕਾਰ ਦਾ ਹੱਥ ਦੱਸਿਆ ਹੈ ਜਦੋਂ ਕਿ ਭਾਜਪਾ ਨੇ ਇਸ ਤੋਂ ਸਿੱਧਾ-ਸਿੱਧਾ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਤੇ ਕੋਈ ਵੀ ਹੰਗਾਮਾ ਕਰਨ ਤੋਂ ਪਹਿਲਾਂ Apple ਦੇ ਜਵਾਬ ਦਾ ਇੰਤਜ਼ਾਰ ਕਿਉਂ ਨਹੀਂ ਕਰਦੇ ਫਿਲਹਾਲ ਕਿਸ ਤਰ੍ਹਾਂ ਦੇ ਮੈਸੇਜ ਨੇਤਾਵਾਂ ਨੂੰ ਆਈਫੋਨ ਤੇ ਆ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕੀ ਲਿਖਿਆ ਹੈ ਅਲਰਟ ਮੈਸੇਜ ਦੇ ਵਿੱਚ Apple ID ਤੇ ਆਏ ਇਸ ਅਲਰਟ ਮੈਸੇਜ ਦੇ ਵਿੱਚ ਲਿਖਿਆ ਹੈ ਕਿ Apple ਨੂੰ ਲੱਗਦਾ ਹੈ ਕਿ ਸਟੇਟ ਸਪੌਂਸਰਡ ਅਟੈਕਰ ਤੁਹਾਨੂੰ ਆਪਣਾ ਟਾਰਗੇਟ ਬਣਾ ਰਹੇ ਨੇ ਇਹ ਤੁਹਾਡੀ Apple ID ਨਾਲ ਜੁੜੇ iPhone ਨੂੰ ਰਿਮੋਟ ਮੋਡ ਉਤੇ ਲੈ ਕੇ ਉਸ ਵਿੱਚ ਸਨ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਈਮੇਲ ਦਾ ਟਾਈਟਲ ਹੈ ਅਲਰਟ ਸਟੇਟ ਸਪੌਂਸਰਡ ਅਟੈਕਰਸ ਤੁਹਾਡੇ iPhone ਨੂੰ ਅਟੈਕ ਕਰ ਰਹੇ ਨੇ। ਇਸ ਵਿੱਚ ਇਹ ਵੀ ਲਿਖਿਆ ਹੈ ਕਿ ਅਟੈਕਰਸ ਸ਼ਾਇਦ ਤੁਹਾਨੂੰ ਤੁਹਾਡੇ ਅਹੁਦੇ ਅਤੇ ਕੰਮ ਦੀ ਵਜ੍ਹਾ ਕਰਕੇ ਟਾਰਗੇਟ ਕਰ ਰਹੇ ਨੇ। ਜੇਕਰ ਤੁਹਾਡੀ ਡਿਵਾਈਸ ਕਿਸੇ ਸਟੇਟ ਸਪੌਂਸਰਡ ਅਟੈਕਰ ਨੇ ਕੰਪਰੋਮਾਈਜ਼ ਕਰ ਲਈ ਹੈ ਤਾਂ ਹੋ ਸਕਦਾ ਹੈ ਕਿ ਉਹ ਤੁਹਾਡੀ ਨਿੱਜੀ ਜਾਣਕਾਰੀ ਤੁਹਾਡੀ ਗੱਲਬਾਤ ਇਥੋਂ ਤੱਕ ਕਿ ਤੁਹਾਡਾ ਕੈਮਰਾ ਅਤੇ ਮਾਈਕ੍ਰੋਫੋਨ ਵੀ ਰਿਮੋਟ ਐਕसेस ਕਰ ਸਕਦੇ ਨੇ ਮੈਸੇਜ ਵਿੱਚ ਇਹ ਵੀ ਲਿਖਿਆ ਹੈ ਕਿ ਹੋ ਸਕਦਾ ਹੈ ਕਿ ਇਹ ਇੱਕ ਫਾਲਸ అలਰਮ ਹੋਵੇ ਪਰ ਫਿਰ ਵੀ ਇਸ ਵਰਨਿੰਗ ਨੂੰ ਗੰਭੀਰਤਾ ਦੇ ਨਾਲ ਲੋ ਕਿਹੜਾ ਕਿਹੜਾ ਲੀਡਰਾਂ ਦੇ ਫੋਨਾਂ ਉਤੇ ਆਈ ਅਲਰਟ ਮੈਸੇਜ ਇਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਰਾਗਵ ਚੱਡਾ ਦਾ ਰਾਗਵ ਚੱਡਾ ਨੇ ਆਪਣੇ ਫੋਨ ਹੈਕ ਦਾ ਦਾਵਾ ਕਰਦੇ ਹੋਏ ਕਿਹਾ ਹੈ ਕਿ ਇਹ ਭਾਜਪਾ ਦੀ ਸੰਵਿਧਾਨ ਅਤੇ ਲੋਕਤੰਤਰ ਨੂੰ ਖਤਮ ਕਰਨ ਦੀ ਇੱਕ ਸੋਚੀ ਸਮਝੀ ਚਾਲ ਹੈ ਇਹ ਦੇਸ਼ ਦੀ ਪ੍ਰਾਈਵੇਸੀ ਤੇ ਵੱਡਾ ਸਵਾਲ ਖੜਾ ਕਰਦੀ ਹੈ ਰਾਗਵ ਚੱਡਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ OSD ਨੂੰ ਵੀ ਸਿਕਿਉਰਿਟੀ ਅਲਰਟ ਆਇਆ ਹੈ ਇਸ ਤੋਂ ਇਲਾਵਾ ਕਾਂਗਰਸ ਨੇਤਾ ਸ਼ਸ਼ੀ थरूर ਪਵਨ ਖੇੜਾ ਸ਼ਿਵ ਸੈਨਾ ਉਦਵ ਗੁੱਟ ਸੰਸਦ ਮੈਂਬਰ ਪ੍ਰੇਨਕਾ ਚਤੁਰਵੇਦੀ ਅਸਧੂਦੀਨ ਓਵੇਸੀ ਨੂੰ ਵੀ ਅਲਰਟ ਆਏ ਨੇ ਦੂਜੇ ਪਾਸੇ ਟੀਐਮਸੀ ਨੇਤਾ ਮਹੂਆ ਮੋਇਤਰਾ ਨੇ ਵੀ ਦਾਵਾ ਕੀਤਾ ਹੈ ਕਿ ਕੇਂਦਰ ਸਰਕਾਰ ਉਹਨਾਂ ਦਾ ਫੋਨ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਹੂਆ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਕੋਲ ਹੋਰ ਕੋਈ ਕੰਮ ਨਹੀਂ ਹੈ ਅਡਾਨੀ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਗੁੰਡਿਓ ਤੁਹਾਡਾ ਡਰ ਦੇਖ ਕੇ ਮੈਨੂੰ ਤਰਸ ਆਉਂਦਾ ਹੈ ਉਧਰ ਦੂਜੇ ਪਾਸੇ ਸ਼ਸ਼ੀ ਧਰੂਨ ਨੇ ਵੀ ਅਲਰਟ ਮੈਸੇਜ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਕਿਹਾ ਮੈਨੂੰ ਖੁਸ਼ੀ ਹੈ ਕਿ ਕੁਝ ਖਾਲੀ ਬੈਠੇ ਸਰਕਾਰੀ ਮੁਲਾਜ਼ਮ ਮੇਰੇ ਵਰਗੇ ਟੈਕਸ ਪੇਰਾਂ ਦੀ ਜਾਂਚ ਸੀ ਕਰਨ ਵਿੱਚ ਬਿਜ਼ੀ ਹਨ ਉਹਨਾਂ ਦੇ ਕੋਲ ਕਰਨ ਲਈ ਕੁਝ ਹੋਰ ਨਹੀਂ ਹੈ ਤੇ ਉਧਰ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਕਈ ਨੇਤਾਵਾਂ ਦੇ ਫੋਨ ਹੈਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹਨੇ ਕਿਹਾ ਕਿ ਇਹ ਇੱਕ ਬਹੁਤ ਇੰਟਰਸਟਿੰਗ ਪ੍ਰੋਬਲਮ ਹੈ ਪਰ ਇਸ ਲਈ ਇੱਕ ਆਈਡੀਆ ਹੈ ਮੇਰੇ ਕੋਲ ਆਈਡੀਆ ਜੇ ਸ਼ੇਅਰ ਨਹੀਂ ਕਰਾਂਗਾ ਸਮਾਂ ਉੰਤੇ ਦੱਸਾਂਗਾ ਅਡਾਨੀ ਜੀ ਸਰਕਾਰ ਬਦਲਣ ਦੇ ਨਾਲ ਚਲੇ ਜਾਣਗੇ ਜਿਸ ਤਰ੍ਹਾਂ ਮੋਨੋਪੋਲਾਈਜੇਸ਼ਨ ਭਾਰਤ ਵਿੱਚ ਅੱਜ ਹੈ ਉਹ ਉਸ ਦੇ ਸਭ ਤੋਂ ਵੱਡੇ ਸਿੰਬਲ ਨੇ ਦੂਜੇ ਪਾਸੇ ਜਾਣ ਲੈਂਦੇ ਹਾਂ ਕਿ ਕੀ ਕਹਿਣਾ ਹੈ ਇਸ ਪੂਰੇ ਮੁੱਦੇ ਉੱਤੇ ਭਾਜਪਾ ਦਾ ਫਿਲਹਾਲ ਵਿਰੋਧੀਆਂ ਦੇ ਇਹਨਾਂ ਦਾਅਵਿਆਂ ਤੋਂ ਬਾਅਦ ਭਾਜਪਾ ਨੇ ਕਿਹਾ ਹੈ ਕਿ ਹਮੇਸ਼ਾ ਸ਼ੱਕੀ ਰਹਿਣ ਵਾਲੇ ਲੋਕ ਸਟੇਟ ਸਪੌਂਸਰਡ ਅਟੈਕ ਦਾ ਨਾਮ ਲੈ ਕੇ ਹੰਗਾਮਾ ਵਿਚਾਰੇ ਨੇ ਅਤੇ ਸ਼ਹੀਦ ਬਣਨ ਦਾ ਨਾਟਕ ਕਰ ਰਹੇ ਨੇ ਇਹ ਜੋ ਚੀਖ ਪੁਕਾਰ ਮਚੀ ਹੋਈ ਹੈ ਮੈਨੂੰ ਅੰਦਾਜ਼ਾ ਹੈ ਕਿ ਪਿਛਲੇ ਸਾਰੇ આરોਪਾਂ ਦੇ ਵਾਂਗ ਫੋਸ ਨਿਕਲੇਗੀ Apple ਵੱਲੋਂ ਸਪਸ਼ਟੀਕਰਨ ਦਾ ਇੰਤਜ਼ਾਰ ਕਿਉਂ ਨਹੀਂ ਕਰਦੇ ਸਰਕਾਰ ਦੇ ਕੇਂਦਰੀ ਮੰਤਰੀ ਆਈਟੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ Apple ਨੇ ਅੱਜ 150 ਦੇਸ਼ਾਂ ਦੇ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਹੈ Apple ਦੇ ਕੋਲ ਕੋਈ ਸਹੀ ਸਹੀ ਜਾਣਕਾਰੀ ਨਹੀਂ ਹੈ ਕੰਪਨੀ ਨੇ ਅੰਦਾਜ਼ੇ ਮੁਤਾਬਕ ਅਲਰਟ ਭੇਜਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਲੈ ਕੇ ਗੰਭੀਰ ਹੈ ਉਹ ਇਸ ਦੀ ਤਹਿ ਤੱਕ ਜਾਣਗੇ ਫਿਲਹਾਲ ਆਪਤੇ ਕਾਂਗਰਸ ਦੇ ਕਈ ਨੇਤਾਵਾਂ ਦੇ ਮੋਬਾਈਲ ਫੋਨਾਂ ਦੇ ਉੱਤੇ ਅਲਰਟ ਜਾ ਰਹੇ ਨੇ ਉਹ ਤਾਂ ਉੱਥੇ ਸਵਾਲ ਐਪਲ ਕੰਪਨੀ ਤੇ ਵੀ ਖੜੇ ਹੁੰਦੇ ਨੇ ਕਿਉਂਕਿ ਐਪਲ ਕੰਪਨੀ ਦੇ ਵੱਲੋਂ ਜਦੋਂ ਆਈਫੋਨ ਲਾਂਚ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਸਿਕਿਉਰਿਟੀ ਸਿਸਟਮ ਨੂੰ ਕੋਈ ਵੀ ਹੈਕ ਨਹੀਂ ਕਰ ਸਕਦਾ ਪਰ ਇਹਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਅਲਰਟ ਲੋਕਾਂ ਦੇ ਫੋਨਾਂ ਤੱਕ ਪਹੁੰਚ ਰਹੇ ਨੇ ਤਾਂ ਵੱਡੇ ਸਵਾਲ ਕੰਪਨੀ ਤੇ ਵੀ ਖੜੇ ਹੁੰਦੇ ਨੇ ਫਿਲਹਾਲ ਕੰਪਨੀ ਦੇ ਵੱਲੋਂ ਕੋਈ ਵੀ ਸਪਸ਼ਟੀਕਰਨ ਇਸ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਇਹਨਾਂ ਹੈਕਿੰਗ ਦੇ ਜੋ ਮੈਸੇਜ ਆ ਰਹੇ ਨੇ ਇਸ ਨੂੰ ਲੈ ਕੇ ਭਾਗ ਭਾ ਨਿਸ਼ਾਨੇ ਤੇ ਆ ਗਈ